ਤਸਵੀਰਾਂ 'ਚ ਨਜ਼ਰ ਆ ਰਹੇ ਇਹ ਵਿਅਕਤੀ ਜੋ ਆਪਸ 'ਚ ਲੜਦੇ ਝਗੜਦੇ ਨਜ਼ਰ ਆ ਰਹੇ ਨੇ ਅਤੇ ਇੱਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਦੂਜੇ ਦੇ ਕੱਪੜੇ ਫਾੜ ਦਿੱਤੇ ਜਾਂਦੇ ਨੇ। ਇਸ ਦੌਰਾਨ ਮਹਿਲਾਵਾਂ ਨੂੰ ਵੀ ਇਹ ਲੋਕ ਕੁੱਟਦੇ ਨਜ਼ਰ ਆਉਂਦੇ ਨੇ। ਦਰਅਸਲ ਲੁਧਿਆਣਾ ਦੇ ਤਾਜਪੁਰਾ ਰੋਡ CIA 2 ਥਾਣੇ ਦੇ ਕੋਲ ਕੁਝ ਵਿਅਕਤੀਆਂ ਨੇ ਇੱਕ ਪਰਿਵਾਰ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਬਦਮਾਸ਼ਾਂ ਨੇ ਤਲਵਾਰਾਂ ਨਾਲ ਪਰਿਵਾਰ ਦੀਆਂ ਔਰਤਾਂ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ। ਖੂਨ ਦੇ ਨਾਲ ਲੱਥਪੱਥ ਪਰਿਵਾਰ ਸਿਵਲ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਔਰਤਾਂ ਦੀਆਂ ਕੱਟੀਆਂ ਹੋਈਆਂ ਉਂਗਲਾਂ ਦੇ ਟਾਂਕੇ ਲਗਾਏ। ਘਟਨਾ CCTV ਕੈਮਰਿਆਂ 'ਚ ਕੈਦ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਜੱਗੀ ਚਿਕਨ ਕਾਰਨਰ ਹੈ। ਲੋਕ ਹਰ ਰੋਜ਼ ਸ਼ਰਾਬ ਪੀ ਕੇ ਉੱਥੇ ਰੋਲਾ ਪਾਉਂਦੇ ਨੇ। ਕਈ ਵਾਰ ਲੋਕ ਉਹਨਾਂ ਦੇ ਘਰਾਂ ਦੇ ਬਾਹਰ ਉਲਟੀਆਂ ਕਰ ਦਿੰਦੇ ਨੇ। ਉਹ ਆਪਣੇ ਘਰ ਦੇ ਕੋਲ ਰੋਜ਼ਾਨਾ ਦੇ ਝਗੜਿਆਂ ਤੋਂ ਪਰੇਸ਼ਾਨ ਹੈ। ਉਸਨੇ ਕਈ ਵਾਰ ਚਿਕਨ ਕਾਰਨਰ ਦੇ ਮਾਲਕ ਨੂੰ ਦੁਕਾਨ 'ਤੇ ਸ਼ਰਾਬ ਪਰੋਸਣ ਤੋਂ ਰੋਕਿਆ। ਕਰਮਜੀਤ ਅਨੁਸਾਰ ਬੀਤੀ ਰਾਤ ਵੀ ਉਸਦੇ ਘਰ ਦੇ ਬਾਹਰ ਕੁਝ ਲੋਕਾਂ ਨੇ ਉਲਟੀਆਂ ਕਰ ਦਿੱਤੀਆਂ ਸਨ ਅਤੇ ਜਦੋਂ ਉਸਦੀ ਮਾਂ ਸ਼ਕੁੰਤਲਾ ਦੇਵੀ ਨੇ ਉਹਨਾਂ ਨੂੰ ਗੰਦਗੀ ਫੈਲਾਉਣ ਲਈ ਝਿੜਕਿਆ ਤਾਂ ਉਹਨਾਂ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਪਰਿਵਾਰ 'ਤੇ ਹੀ ਹਮਲਾ ਕਰ ਦਿੱਤਾ, ਜਿਸ ਕਾਰਨ ਪਰਿਵਾਰ ਦੇ ਕਈ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।